ਪਿੰਡ ਬੱਬੇ ਹਾਲੀ ਵਿੱਚ ਇੱਕ ਘਟਨਾ ਤੋਂ ਬਾਅਦ ਤਾਂ ਸੰਤਾਂ ਦੀ ਦੋਹੀ ਬਹੁਤ ਦੂਰ ਤੱਕ ਫੈਲ ਗਈ। ਹਰ ਕੋਈ ਇਸ ਅਨੋਖੇ ਕੌਤਕ ਤੇ ਹੈਰਾਨ ਸੀ। ਹੋਇਆ ਇੰਜ ਕਿ ਇਸ ਪਿੰਡ ਦਾ ਇੱਕ ਕਪੂਰ ਸਿੰਘ ਨਾਂ ਦਾ ਵਿਅਕਤੀ ਪੁਲਿਸ ਮੁਲਾਜ਼ਮ ਸੀ। ਉਦੋਂ ਹਵਾਲਦਾਰ ਸੀ, ਬਾਅਦ ਵਿੱਚ ਥਾਣੇਦਾਰ ਬਣ ਗਿਆ। ਉਹ ਬਹੁਤ ਸ਼ਰਾਬ ਪੀਂਦਾ ਸੀ। ਉਹਦੀ ਪਤਨੀ ਕਰਤਾਰ ਸਿੰਘ ਪਾੜਾ ਦੀ ਭੈਣ ਸੀ। ਇਹ ਪਰਿਵਾਰ ਬੜੀ ਧਾਰਮਿਕ ਬਿਰਤੀ ਵਾਲਾ ਸੀ। ਇਹਨਾਂ ਦੇ ਭਰਾ ਨਰਿੰਦਰ ਸਿੰਘ ਪਾੜਾ ਦੇ ਘਰ ਸੰਤ ਕਈ ਵਾਰ ਗਏ ਸਨ। ਇਹਨਾਂ ਦੀ ਇੱਕ ਭੈਣ ਸੰਤਾਂ ਦੇ ਘਰ ਦੇ ਲਾਗੇ ਹੀ ਨਿੱਕੇ ਘੁੰਮਣੀ ਵਿਆਹੀ ਹੋਈ ਸੀ। ਉਹ ਵੀ ਸੰਤਾਂ ਦੀ ਬਹੁਤ ਸ਼ਰਧਾਲੂ ਤੇ ਪ੍ਰੀਤਵਾਨ ਸੀ। ਇਹ ਸਾਰਾ ਪਰਿਵਾਰ ਬੜਾ ਨਿਤਨੇਮੀ ਸੀ। ਕਪੂਰ ਸਿੰਘ ਦੀ ਪਤਨੀ ਵੀ ਨੇਮ ਨਾਲ ਗੁਰਦੁਆਰੇ ਜਾਂਦੀ, ਸੇਵਾ ਕਰਦੀ। ਕਪੂਰ ਸਿੰਘ ਨੂੰ ਮਲਪਾ ਖਾਣੇ ਖਾਣ ਤੋਂ ਸਾਰੇ ਰੋਕਦੇ, ਪਰ ਉਸਨੂੰ ਕਿਸੇ ਦੇ ਕਹਿਣ ਦਾ ਕੋਈ ਅਸਰ ਨਹੀਂ। ਅਖੀਰ ਉਹ ਬਿਮਾਰ ਹੋ ਗਿਆ। ਡਾਕਟਰਾਂ ਬਥੇਰੀ ਵਾਹ ਲਾਈ, ਪਰ ਕੋਈ ਫਰਕ ਨਾ ਪਿਆ। ਡਾਕਟਰ ਨੇ ਅੰਤ ਜਵਾਬ ਦੇ ਦਿੱਤਾ, ਉਸਦਾ ਮੰਜਾ ਚੁੱਕਿਆ ਤੇ ਘਰ ਲੈ ਆਏ। ਉਸਦਾ ਹੱਥ ਲਵਾ ਕੇ ਦਾਨ ਪੁੰਨ ਕੀਤਾ। ਅਖੀਰ ਇੱਕ ਦਿਨ ਸਮਾਂ ਆ ਗਿਆ ਜਿਸ ਬਾਰੇ ਕਪੂਰ ਸਿੰਘ ਨੇ ਕਦੀ ਸੋਚਿਆ ਨਹੀਂ ਸੀ। ਉਸਨੂੰ ਮੰਜੇ ਤੋਂ ਹੇਠਾਂ ਲਾਹ ਦਿੱਤਾ, ਦੀਵਾ ਵੱਟੀ ਕਰ ਦਿੱਤਾ। ਆਂਢੀ ਗੁਆਂਢੀ ਤੇ ਰਿਸ਼ਤੇਦਾਰ ਆਉਣ ਲੱਗ ਪਏ। ਦੂਜੇ ਪਾਸੇ ਉਹਦੀ ਪਤਨੀ ਦੀ ਭੈਣ ਨੂੰ ਜਦੋਂ ਘੁੰਮਣੀ ਇਹ ਖਬਰ ਮਿਲੀ ਤਾਂ ਰੋਂਦੀ ਕਰਲਾਉਂਦੀ ਸੰਤਾਂ ਵੱਲ ਗਈ। ਆਪ ਜੀ ਉਸ ਸਮੇਂ ਡੇਰੇ ਹੀ ਬੈਠੇ ਸਨ। ਸੰਤਾਂ ਨੇ ਉਸਦੀ ਗੱਲ ਸੁਣੀ, ਉਸ ਨਾਲ ਬੱਬੇ ਹਲੀ ਜਾਣ ਲਈ ਤਿਆਰ ਹੋ ਬੈਠੇ। ਉਸਦੇ ਪਰਿਵਾਰ ਦੇ ਬਾਕੀ ਜੀ ਵੀ ਚੱਲ ਪਏ। ਚਲੋ ਜਾਂਦੀ ਵਾਰੀ ਕਪੂਰ ਸਿੰਘ ਦਾ ਮੂੰਹ ਵੇਖ ਲਈਏ। ਨਾਲ ਹੀ ਇੱਕ ਹੋਰ ਆਸ ਵੀ ਸੀ ਕਿ ਸ਼ਾਇਦ ਸੰਤ ਕੋਈ ਰੇਖ ਵਿੱਚ ਮੇਖ ਮਾਰ ਦੇਣ। ਜਦੋਂ ਆ ਬੱਬੇ ਹਾਲੀ ਉਹਨਾਂ ਦੇ ਘਰ ਪੁੱਜੇ ਤਾਂ ਵਿਹੜਾ ਰਿਸ਼ਤੇਦਾਰਾਂ ਅਤੇ ਸਨੇਹੀਆਂ ਨਾਲ ਭਰਿਆ ਪਿਆ ਸੀ। ਸੰਤਾਂ ਨੂੰ ਵੇਖ ਕੇ ਸਭ ਉੱਠ ਖੜ੍ਹੇ ਹੋਏ। ਕੁਝ ਲੋਕ ਇੰਝ ਵੀ ਸੋਚਣ ਲੱਗੇ, ਦੇਖੋ ਬਾਬਾ ਕੀ ਕਰਦਾ ਹੈ। ਵਧੇਰੇ ਇਹ ਕਹਿਣ ਲੱਗੇ, ਸੰਤ ਕੀ ਕਰ ਸਕਦੇ ਹਨ, ਜਦੋਂ ਬੰਦਾ ਮਾਰੀ ਗਿਆ ਫਿਰ ਕੀ ਹੋ ਸਕਦਾ, ਬਾਬਾ ਕੋਈ ਰੱਬ ਥੋੜ੍ਹਾ। ਜਦੋਂ ਬਾਬਾ ਜੀ ਉਸ ਕੋਲ ਪੁੱਜੇ, ਉਹਨੂੰ ਆਵਾਜ਼ ਦਿੱਤੀ, ਉੱਠ ਕੇ ਬਹਿ, ਕੁਝ ਨਹੀਂ ਹੋਇਆ ਤੈਨੂੰ। ਪਰ ਕਪੂਰ ਸਿੰਘ ਨਾ ਉੱਠਿਆ। ਦੂਜੀ ਵਾਰੀ ਆਪ ਜੀ ਨੇ ਆਪਣੀ ਡਾਂਗ ਦੀ ਹਲਕੀ ਜਿਹੀ ਚੁੰਝ ਮਾਰ ਕੇ ਕਿਹਾ, ਚੱਲ ਉੱਠ ਕੇ ਬਹਿ। ਕਪੂਰ ਸਿੰਘ ਨੇ ਅੱਖਾਂ ਖੋਲੀਆਂ, ਸਾਰੇ ਵੇਖ ਕੇ ਹੈਰਾਨ ਰਹਿ ਗਏ। ਸੰਤ ਕਹਿ ਲੱਗੇ, ਕਾਲ ਦੇ ਮੂੰਹ ਚੋਂ ਕੱਢ ਕੇ ਲਿਆਂਦਾ, ਇਹਦੇ ਮੂੰਹ 'ਚ ਪਾਣੀ ਪਾਓ। ਉਸਨੂੰ ਬਿਠਾ ਕੇ ਮੂੰਹ ਨੂੰ ਪਾਣੀ ਲਾਇਆ। ਕਪੂਰ ਸਿੰਘ ਨੇ ਕੁਝ ਘੁੱਟ ਪੀਤੇ। ਸੰਤ ਉੱਥੋਂ ਉੱਠ ਕੇ ਗੁਰਦੁਆਰੇ ਚਲੇ ਗਏ। ਕਪੂਰ ਸਿੰਘ ਨੂੰ ਵੀ ਗੁਰਦੁਆਰੇ ਲਿਆਉਣ ਲਈ ਕਿਹਾ। ਸਾਰੀ ਸੰਗਤ ਗੁਰਦੁਆਰੇ ਪੁੱਜ ਗਈ। ਲੱਸੀ ਦਾ ਅੰਮ੍ਰਿਤ ਬਾਟਾ ਤਿਆਰ ਕੀਤਾ, ਸਭ ਨੇ ਲੱਸੀ ਛਕੀ। ਕਪੂਰ ਸਿੰਘ ਨੂੰ ਵੀ ਕੁਝ ਚੂਲੀਆਂ ਪਿਆਈਆਂ। ਸੰਤਾਂ ਨੇ ਸਾਰੀ ਸੰਗਤ ਨੂੰ ਵੈਸ਼ਨੋ ਬਿਰਤੀ ਰੱਖ ਕੇ ਬਾਣੀ ਪੜ੍ਹਨ ਤੇ ਨਾਮ ਜਪਣ ਦਾ ਹੋਕਾ ਦਿੱਤਾ। ਸਾਰਿਆਂ ਦਾ ਗੁਰੂ ਬਾਬਾ ਨਾਨਕਾ, ਬਾਕੀ ਸਾਰੇ ਭਾਈ ਭਾਈ ਆ। ਕੋਈ ਵੱਡਾ ਭਾਈ ਕੋਈ ਛੋਟਾ ਭਾਈ, ਧਰਮ ਦੀ ਕਿਰਤ ਕਰਨੀ ਚਾਹੀਦੀ ਹੈ। ਜੇ ਬਾਬਾ ਨਾਨਕ ਕਿਸੇ ਨੂੰ ਕੁਰਸੀ ਤੇ ਬਿਠਾ ਦੇਵੇ, ਕਿਸੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ। ਹੱਕ ਦੀ ਹੱਕ ਨਿਬੇੜਨੀ ਚਾਹੀਦੀ ਆ। ਬਾਬਾ ਨਾਨਕ 40 ਸਿਰੇ, ਉਹਦੀ ਬਾਣੀ ਵੀ 40 ਸਿਰੇ। ਮਨ ਜੋੜ ਕੇ ਬਾਣੀ ਪੜ੍ਹੋ, ਜਪਜੀ ਜ਼ਰੂਰ ਪੜ੍ਹੋ, ਸੋਦਰ ਸ਼ਾਮ ਨੂੰ ਪੜ੍ਹੋ। ਜਿਹੜੇ ਸੁੱਖ ਵਾਲੇ ਬਾਬੇ ਨਾਨਕ ਨੂੰ ਯਾਦ ਕਰਨਗੇ, ਦੁੱਖਾਂ ਵਾਲੇ ਬਾਬਾ ਨਾਨਕ ਉਹਨਾਂ ਦੀ ਬੜੀ ਆਪ ਕਰੇਗਾ। ਧੰਨ ਬਾਬਾ ਜੀ ਨਾਨਕ ਦੇ।
ਇਹ ਉਪਦੇਸ਼ ਦੇ ਕੇ ਆਪ ਉੱਥੋਂ ਤੁਰ ਪਏ। ਤੁਰਦਿਆਂ ਤੁਰਦਿਆਂ ਕਪੂਰ ਸਿੰਘ ਨੂੰ ਕਹਿਣ ਲੱਗੇ, ਐਤਕਾਂ ਤਾਂ ਬਾਬੇ ਨਾਨਕ ਨੇ ਤੈਨੂੰ ਛੁਡਾ ਦਿੱਤਾ, ਜੇ ਮੁੜ ਹੱਡ ਖਾਧੇ ਜਾਂ ਗੰਦ ਪੀਤਾ ਤਾਂ ਫੜਿਆ ਜਾਵੇਗਾ। ਸ਼ਾਇਦ ਆਉਣ ਵਾਲੇ ਸਮੇਂ ਬਾਰੇ ਅਗਾਹੂੰ ਸੁਚੇਤ ਕਰ ਰਹੇ ਸਨ। ਐਸਾ ਕੌਤਕ ਵੇਖਣ ਵਾਲਾ ਹਰ ਪ੍ਰਾਣੀ, ਧੰਨ ਬਾਬਾ ਘੁੰਮਣ ਪਾਤਸ਼ਾਹ, ਧੰਨ ਤੇਰੀ ਕਮਾਈ ਦੇ ਇਹ ਪਿਆਰ ਭਰੇ ਬਚਨ ਕਹਿ ਰਿਹਾ ਸੀ। ਮ੍ਰਿਤਕ ਕਹੋ ਜਿਵਾਲਣ ਹਾਰ, ਭੁੱਖੇ ਕਹੋ ਦੇਵਤ ਆਧਾਰ। ਮ੍ਰਿਤਕ ਕਹੋ ਪਾਇਓ ਤਨ ਸਾਸਾ, ਬਿਛੜ ਧਿਆਨ ਮਿਲਾਇਆ। ਪਸ਼ੂ ਪ੍ਰੇਤ ਮੁਗਤ ਪਏ ਸਰੋਤੇ, ਹਰਨਾਮਾ ਮੁਖ ਗਾਇਆ।